ਫਾਈਲ ਦੇ ਹਾਈ ਪ੍ਰੋਫਾਈਲ ਮਾਮਲੇ ਵਿੱਚ ਗ੍ਰਿਫਤਾਰ ਸੀਏ ਜਸਵਿੰਦਰ ਸਿੰਘ ਲੋਟੇ ਕੋਲੋਂ ਪੁਲਿਸ ਨੇ ਰਿਮਾਂਡ ਦੌਰਾਨ 10 ਲੱਖ ਰੁਪਏ ਬਰਾਮਦ ਕੀਤੇ ਨੇ। ਐਸਐਚਓ ਕਰਨੈਲ ਸਿੰਘ ਦੇ ਮੁਤਾਬਕ ਖੰਨਾ ਸਥਿਤ ਲੋਟੇ ਟੈਕਸਟਾਈਲ ਕੰਪਨੀ ਦੇ ਦਫ਼ਤਰ ਵਿੱਚੋਂ ਪ੍ਰਿੰਟਰ ਤੇ ਲੈਪਟਾਪ ਵੀ ਪੁਲਿਸ ਨੇ ਰਿਕਵਰ ਕੀਤਾ, ਜਿਸ ਨਾਲ ਉਹ ਫਾਈਲ ਦੀ ਪੋਪਰਾਏ ਇਲੈਕਟ੍ਰੋਨਿਕਸ ਦੀਆਂ ਨਕਲੀ ਰਸੀਦਾਂ ਬਣਾ ਕੇ ਹੇਰਾਫੇਰੀ ਕਰਦਾ ਸੀ। ਮਿਸਟਰ ਜੇਐਸ ਲੋਟੇ ਜਿਹੜੇ ਹੈਗੇ ਵਕੀਲ ਸਾਹਿਬ ਜਿਨ੍ਹਾਂ ਨੇ ਪੋਪਰਾਏ ਇਲੈਕਟ੍ਰੋਨਿਕ ਨਾਲ ਧੋਖਾਧੜੀ ਕੀਤੀ ਸੀਗੀ, ਉਹਨੂੰ ਅਸੀਂ ਅਰੈਸਟ ਕਰ ਲਿਆ ਸੀਗਾ ਅਤੇ ਅਰੈਸਟ ਕਰਨ ਤੋਂ ਬਾਅਦ ਪਹਿਲਾਂ 2 ਦਿਨ ਦਾ ਰਿਮਾਂਡ ਸੀ ਅਤੇ 2 ਦਿਨ ਦਾ ਫਿਰ ਲਿਆ ਸੀਗਾ ਰਿਮਾਂਡ, ਅਤੇ ਰਿਮਾਂਡ ਦੇ ਦੌਰਾਨ ਉਹਨਾਂ ਨੇ 10 ਲੱਖ ਰੁਪਇਆ ਕੈਸ਼ ਰਿਕਵਰ ਕਰਾਇਆ ਜੀ ਅਤੇ ਲੈਪਟੋਪ ਪ੍ਰਿੰਟਰ ਅਤੇ ਹੋਰ ਇਲੈਕਟ੍ਰੋਨਿਕ ਪਾਰਟਸ ਜਿਹੜੇ ਨਾਲ ਉਹ ਰਸੀਦਾਂ ਵਗੈਰਾ ਤਿਆਰ ਕਰਦਾ ਸੀ ਉਹ ਅਸੀਂ ਉਹਨਾਂ ਕੋਲੋਂ ਬਰਾਮਦ ਕਰ ਚੁੱਕੇ ਹਾਂ ਅਤੇ ਅੱਜ ਉਹਨੂੰ ਅਸੀਂ ਦੁਬਾਰਾ ਕੋਰਟ 'ਚ ਪੇਸ਼ ਕਰਕੇ ਜੋ ਕੋਈ ਹੋਰ ਖਬਰੀ ਰਹਿੰਦੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਜਿਹੜੀ ਟੋਟਲ ਠੱਗੀ ਸੀ ਕਿੰਨੀ ਸੀਗੀ? ਇਹ ਟੋਟਲ 1 ਕਰੋੜ 10 ਲੱਖ ਦੇ ਕਰੀਬ ਸੀਗੀ ਜਿਹੜੀ ਇਹ ਤੋਂ ਰਕਮ ਰਿਕਵਰ ਕਰਨੀ ਸੀਗੀ ਅਤੇ ਉਹਦੇ ਵਿੱਚੋਂ ਫਿਲਹਾਲ ਇਹਦੇ ਦੱਸਣ ਦਾ 10 ਲੱਖ ਰੁਪਏ ਰਿਕਵਰ ਹੋਇਆ, ਬਾਕੀ ਦੀ ਰਿਕਵਰੀ ਅਜੇ ਪੈਂਡਿੰਗ ਹੈ। ਇਹ ਜਿਹੜਾ ਮਾਮਲਾ ਸੀ ਖੰਨੇ ਦਾ ਇੱਕ ਐਡਵੋਕੇਟ ਸੀ ਜਸਵਿੰਦਰ ਸਿੰਘ ਲੋਟੇ, ਫਰਮ ਦਾ ਨਾਂ ਜੇਐਸ ਲੋਟੇ ਐਂਡ ਕੰਪਨੀ, ਇਹ ਸਾਡੇ ਕਾਫੀ ਸਾਲਾਂ ਤੋਂ ਇਨਕਮ ਟੈਕਸ ਦਾ ਕੰਮ ਕਰਦੇ ਸੀ, ਰਿਟਰਨਾਂ ਵਗੈਰਾ ਵੀ ਇਹੀ ਭਰਦੇ ਸੀ ਸਾਰੀਆਂ। ਇਹਨਾਂ ਨੇ ਕਾਫੀ ਜ਼ਿਆਦਾ ਸਾਡੇ ਤਿੰਨੇ ਫਰਮਾਂ ਨਾਲ, ਗੋਪਾਰਾ ਇਲੈਕਟ੍ਰੀਕਲ ਇਲੈਕਟ੍ਰੋਨਿਕ, ਗੋਪਾਰਾ ਇਲੈਕਟ੍ਰੋਨਿਕ ਇੰਜੀਨੀਅਰ ਵੀ ਐਂਡ ਕੇ ਇੰਡਸਟਰੀ, ਸਾਰੀਆਂ ਫਰਮਾਂ ਦੇ ਵਿੱਚ ਇਹਨਾਂ ਨੇ ਧੋਖਾਧੜੀ ਕੀਤੀ ਹੋਈ ਹੈ। ਉਹ ਜਿਹੜੀ ਧੋਖਾਧੜੀ ਹੈ ਕਿੰਨੀ ਉਹਦੇ ਮਸਲੇ ਦੇ ਵਿੱਚ ਇਹਨੂੰ ਹੁਣ ਪਿਛਲੇ ਥੋੜ੍ਹੇ ਦਿਨਾਂ ਤੋਂ 6 ਦਿਨ ਦਾ ਪੁਲਿਸ ਰਿਮਾਂਡ ਟੋਟਲ ਰਲਾ ਮਿਲਾ ਕੇ ਮਿਲਿਆ, ਇਹਨੂੰ ਮਿਲਿਆ ਸੀ। ਉਸ ਤੋਂ ਬਾਅਦ ਅੱਜ ਜੱਜ ਸਾਹਿਬ ਨੇ ਇਸ ਨੂੰ ਲੁਧਿਆਣੇ ਜੇਲ੍ਹ ਦੇ ਵਿੱਚ ਭੇਜਿਆ ਔਰ ਇਸ ਬੰਦੇ ਨਾਲ ਸਾਡਾ ਨਾ ਪਹਿਲਾਂ ਕੋਈ ਮਤਲਬ ਸਮਝੌਤਾ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਾ ਹੋਇਆ, ਨਾ ਕੰਪਰੋਮਾਈਜ਼ ਹੋ ਸਕੇਗਾ। ਜਸਵਿੰਦਰ ਸਿੰਘ ਲੋਟੇ ਦੇ ਵਕੀਲ ਅਵਿਨਾਸ਼ ਸੇਖੋ ਨੇ ਇੱਕ ਵਾਰ ਫਿਰ ਤੋਂ ਕਿਹਾ ਕਿ ਉਹਨਾਂ ਦੇ ਮੁਵੱਕਿਲ ਤੇ ਲਗਾਏ ਜਾ ਰਹੇ ਸਾਰੇ ਹੀ ਇਲਜ਼ਾਮ ਬੇਬੁਨਿਆਦ ਨੇ। ਹੁਣ ਤੁਸੀਂ ਜਿਹੜਾ ਅੱਜ ਕੇਸ ਕਿਹੜੀ ਪਾਰਟੀ ਦੇ ਵੱਲੋਂ? ਅੱਜ ਮੈਂ ਜਸਵਿੰਦਰ ਸਿੰਘ ਲੋਟੇ ਦਾ ਕੇਸ ਅੱਜ ਜੁਡੀਸ਼ੀਅਲ ਕਰਵਾ ਕੇ ਆਇਆ। ਹਾਂਜੀ ਸਰ, ਜਿਹੜਾ ਲੋਟੇ ਸਾਹਿਬ ਨੇ ਇਹਨਾਂ ਨੇ ਜਿਹੜਾ ਸਕੈਮ ਆ, ਕਿੰਨਾ ਵੱਡਾ ਸਕੈਮ ਕੀਤਾ ਤੁਹਾਡੇ? ਇਹ ਸਰ ਕੋਈ ਸਕੈਮ ਨਹੀਂ ਕੀਤਾ ਹੋਇਆ ਜੀ। ਹਾਂਜੀ, ਅੱਜ ਦੇ ਟਾਈਮ 'ਚ ਅਸੀਂ ਦੇਣਦਾਰ 70,000 ਦੇ ਗਏ। ਨਹੀਂ, ਜਿਹੜਾ ਮਤਲਬ ਇਹਨਾਂ ਦੇ ਉੱਤੇ ਕੱਪੜੇ ਦੇ ਜਿਹੜੇ ਦੋਸ਼ ਲੱਗੇ? ਕੋਈ ਸਰ ਕੱਪੜਾ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ। ਇਹ ਪੋਲੀਟੀਕਲ ਪ੍ਰੈਸ਼ਰ ਦੇ ਥਰੂ ਪਰਚਾ ਦਰਜ ਹੋਇਆ ਅਤੇ ਪੋਲੀਟੀਕਲ ਪ੍ਰੈਸ਼ਰ ਦੇ ਥਰੂ ਹੀ ਇਹਨਾਂ ਦੀ ਜਿਹੜਾ ਹਰਾਸਮੈਂਟ ਕੀਤੀ ਹੈ ਉੱਥੇ ਪਿਛਲੇ 6-7 ਦਿਨਾਂ ਤੋਂ। ਨਹੀਂ ਸਰ, ਤੁਸੀਂ ਨਾਲੇ ਕਹਿ ਰਹੇ ਸੀ ਵੀ ਉਹ ਅਸੀਂ ਦੇਣਾ ਸੀ, ਦੇ ਚੁੱਕੇ ਹਾਂ। ਹਾਂਜੀ, ਫਿਰ ਨਾਲੇ ਪਿਛਲੇ ਦਿਨ ਜਿਹੜਾ 2 ਦਿਨ ਦਾ ਰਿਮਾਂਡ ਮਿਲਿਆ ਸੀ ਵਾਧੂ, ਉਹਦੇ ਵਿੱਚ ਸਰ ਹਰਾਸਮੈਂਟ ਹੀ ਕੀਤੀ ਹੈ ਜੀ। ਅਸੀਂ 72,000 ਰੁਪਇਆ ਦੇਣਾ ਸੀਗਾ ਜੀ। ਲੋਟੇ ਸਾਹਿਬ ਦੇ ਉੱਤੇ ਧਾਰਾਵਾਂ ਲੱਗੀਆਂ ਨੇ ਬੜੀਆਂ, ਇਹ ਸਰ ਸਾਰੀ ਪੋਲੀਟੀਕਲ ਪ੍ਰੈਸ਼ਰ ਦੇ ਥਰੂ ਧਾਰਾਵਾਂ ਲੱਗੀਆਂ ਨੇ। ਜ਼ਿਕਰਯੋਗ ਹੈ ਕਿ ਖੰਨਾ 'ਚ ਲੋਟੇ ਟੈਕਸਟਾਈਲ ਨਾਮ ਦੀ ਕੰਪਨੀ ਬਣਾ ਕੇ ਚਾਰਟਰਡ ਅਕਾਊਂਟੈਂਟ ਦਾ ਕੰਮ ਕਰਨ ਵਾਲੇ ਵਕੀਲ ਜਸਵਿੰਦਰ ਸਿੰਘ ਲੋਟੇ ਨੇ ਪਾਇਲ ਦੀ ਪੋਪਰਾ ਇਲੈਕਟ੍ਰੋਨਿਕਸ ਨਾਲ ਕਰੀਬ 1.5 ਕਰੋੜ ਦੀ ਠੱਗੀ ਮਾਰੀ ਸੀ ਅਤੇ ਪੁਲਿਸ ਨੇ ਉਸਦਾ 6 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ। ਸਵੇਰਾ ਟਾਈਮ ਲਈ ਪਾਇਲ ਤੋਂ ਸੰਜੀਵ ਸ਼ਰਮਾ ਦੀ ਰਿਪੋਰਟ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94